ਬਹੁਤ ਪਿਆਰੇ ਸਟੂਡੈਂਟਸ ਬਹੁਤ ਪਿਆਰ ਭਰਿਆ ਸਸ਼੍ਰੀਆ ਕਾਲ ਮੈਂ ਹਰਮਿੰਦਰ ਕੌਰ ਗਵਰਨਮੈਂਟ ਸੀਨੀਅਰ ਸੈਂٹری ਸਮਾਰਟ ਸਕੂਲ ਮਨੋਲੀ ਡਿਸਟ੍ਰਿਕਟ ਮੁਹਾਲੀ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਜਿਸ ਵਿਸ਼ੇ ਤੇ ਅਸੀਂ ਆਲਰੇਡੀ ਇੱਕ ਲੈਕਚਰ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਸੋ ਅੱਜ ਅਸੀਂ ਪਾਰਟ 2 ਦੇ ਰੂਪ ਵਿੱਚ ਉਸੇ ਲੈਸਨ ਨੂੰ ਕੰਟੀਨਿਊ ਕਰਾਂਗੇ ਤੇ ਸਾਡਾ ਅੱਜ ਦਾ ਟੌਪਿਕ ਵੀ ਉਹੀ ਰਹੇਗਾ ਹਿੱਤ ਸਮੂਹ ਅਤੇ ਦਬਾਅ ਸਮੂਹ ਇੰਟਰਸਟ ਗਰਪਸ ਐਂਡ ਪ੍ਰੈਸ਼ਰ ਗਰਪਸ ਸਭ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਹੜਾ ਵੀ ਤੁਸੀਂ ਲੈਸਨ ਕਰਿਆ ਕਰੋ ਉਹਨੂੰ ਆਪਣੇ ਆਲੇ-ਦੁਆਲੇ ਨਾਲ ਜੋੜ ਕੇ ਆਪਣੇ ਆਲੇ-ਦੁਆਲੇ ਦੇ ਵਿੱਚੋਂ ਐਗਜ਼ਾਮਪਲਸ ਲੈ ਕੇ ਆਪਣੇ ਆਲੇ-ਦੁਆਲੇ ਦਾ ਨਰੀਖਣ ਕਰਕੇ ਜੇ ਤੁਸੀਂ ਉਸ ਲੈਸਨ ਨੂੰ ਕਰੋਗੇ ਤਾਂ ਮੈਨੂੰ ਲੱਗਦਾ ਹੈ ਉਹ ਤੁਹਾਡੇ ਲਈ ਮੋਰ ਇੰਟਰਸਟਿੰਗ ਬਣੇਗਾ ਇਫੈਕਟਿਵ ਬਣੇਗਾ ਔਰ ਤੁਹਾਨੂੰ ਮੈਨੂੰ ਲੱਗਦਾ ਕਰੈਮਿੰਗ ਰੱਟਾ ਫਿਕੈਸ਼ਨ ਨਹੀਂ ਕਰਨੀ ਪਏਗੀ ਤੁਸੀਂ ਉਸ ਚੀਜ਼ ਨੂੰ ਸਮਝ ਕੇ ਕਰੋਗੇ ਕੋਈ ਵੀ ਜੇ ਜੋ ਟਾਪਿਕ ਤੁਹਾਨੂੰ ਦਿੱਤਾ ਜਾਂਦਾ ਹੈ ਕਿਸੇ ਵੀ ਅਸੀਂ ਟਾਪਿਕ ਤੇ ਗੱਲ ਕਰਦੇ ਆ ਤਾਂ ਮੈਂ ਤੁਹਾਨੂੰ ਬੱਚੇ ਜਰੂਰ ਕਹਿਣਾ ਚਾਹੁੰਦੀ ਆ ਕਿ ਥੋੜਾ ਜਿਹਾ ਮਾਰਕਸ ਲੈਣ ਦੇ ਨਾਲ ਨਾਲ ਮਾਰਕਸ ਤਾਂ ਅਸੀਂ ਲੈਣਾ ਹੀ ਲੈਣੇ ਨੇ ਮਾਰਕਸ ਤਾਂ ਅਸੀਂ ਲੈਣੇ ਹੀ ਲੈਣੇ ਨੇ ਠੀਕ ਹੈ ਅਵਦੀਆ ਮਾਰਕਸ ਲੈਣੇ ਨੇ ਸਾਡਾ ਉਦੇਸ਼ ਹੈ ਪਰ ਮਾਰਕਸ ਲੈਣ ਦੇ ਨਾਲ ਨਾਲ ਉਸ ਚੀਜ਼ ਨੂੰ ਤੁਸੀਂ ਗਿਆਨ ਦੇ ਰੂਪ ਵਿੱਚ ਨੌਲੇਜ ਦੇ ਰੂਪ ਚ ਕਿ ਅੱਛਾ ਸਾਨੂੰ ਇਹ ਵੀ ਪਤਾ ਲੱਗ ਗਿਆ ਜੀ ਅਸੀਂ ਯੂਐਨਓ ਪੜ੍ਹਿਆ ਅੱਛਾ ਸਾਨੂੰ ਯੂਐਨਓ ਦੇ ਬਾਰੇ ਚ ਇੰਨਾ ਕੁਝ ਪਤਾ ਲੱਗ ਗਿਆ ਸਾਨੂੰ ਰਾਜਨੀਤਿਕ ਦਲਾਂ ਬਾਰੇ ਇੰਨਾ ਕੁਝ ਪਤਾ ਲੱਗ ਗਿਆ ਸਾਨੂੰ ਬੀਜੇਪੀ ਬਾਰੇ ਇੰਨਾ ਕੁਝ ਪਤਾ ਲੱਗ ਗਿਆ ਸਾਨੂੰ ਕਾਲ ਮਾਰਕਸ ਦੇ ਇੰਨਾ ਗਿਆਨ ਹੋ ਗਿਆ ਸੋ ਨੌਲੇਜ ਦੇ ਬੇਸ ਦੇ ਉੱਤੇ ਵੀ ਤੁਸੀਂ ਲੈਸਨ ਨੂੰ ਜ਼ਰੂਰ ਕਰਿਆ ਕਰੋ ਸੋ ਹੁਣ ਮੈਂ ਤੁਹਾਡਾ ਟਾਈਮ ਨਹੀਂ ਲਵਾਂਗੀ ਅਸੀਂ ਆਪਣਾ ਟੌਪਿਕ ਕੰਟੀਨਿਊ ਕਰਾਂਗੇ ਸੈਕੰਡ ਪਾਰਟ ਦੇ ਵਿੱਚ ਇੰਟਰਸਟ ਐਂਡ ਪ੍ਰੈਸ਼ਰ ਗਰਪਸ ਇੰਟਰਸਟ ਐਂਡ ਪ੍ਰੈਸ਼ਰ ਗਰਪਸ ਦੇ ਉੱਤੇ ਬੱਚੇ ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਚੈਪਟਰ ਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਵੀ ਦੱਸਿਆ ਸੀ ਕਿ ਸਾਂਝੇ ਹਿੱਤਾਂ ਵਾਲੇ ਲੋਕ ਇਕੱਠੇ ਹੋ ਜਾਂਦੇ ਹਨ ਉੱਥੇ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਇੱਕੋ ਜਿਹੇ ਪਰਾਂ ਵਾਲੇ ਪੰਛੀ ਇਕੱਠੇ ਉੱਡਦੇ ਹਨ ਇੱਕ ਹੋਰ ਐਗਜ਼ਾਮਪਲ ਕਿ ਪੰਜਾਬੀ 'ਚ ਆਪਾਂ ਜਿਵੇਂ ਕਹਿੰਦੇ ਆ ਇੱਕ ਤੋਂ ਇੱਕ 11 ਇੱਕ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਪਰ ਜਦੋਂ ਇੱਕ ਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਹਨ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਹਨ ਤਾਂ ਉਹ ਬਹੁਤ ਕੁਝ ਕਰ ਸਕਦੇ ਹਨ ਛੋਟੇ ਹੁੰਦਿਆਂ ਤੋਂ ਤੁਸੀਂ ਕਹਾਣੀ ਪੜੀ ਹੈ ਏਕਤਾ ਵਿੱਚ ਬਲ ਹੈ ਯਾਦ ਰੱਖਣਾ ਕੋਈ ਵੀ ਸੰਗਠਨ ਕੋਈ ਸਮੂਹ ਜੇ ਉਹਦੇ ਵਿੱਚ ਏਕਤਾ ਹੋਏਗੀ ਸੰਗਠਿਤ ਹੋਏਗਾ ਇਕਜੁੱਟ ਹੋਏਗਾ ਤਾਂ ਹੀ ਉਹ ਆਪਣੀਆਂ ਮੰਗਾਂ ਆਪਣੇ ਹਿੱਤਾਂ ਦੀ ਪੂਰਤੀ ਕਰਵਾ ਸਕਦਾ ਹੈ ਤੁਹਾਨੂੰ ਯਾਦ ਰੱਖਣਾ ਹੈ ਜਦੋਂ ਅਸੀਂ ਹਿੱਤ ਸਮੂਹ ਦੀ ਗੱਲ ਕਰਦੇ ਹਾਂ ਜਾਂ ਦਬਾਅ ਸਮੂਹ ਦੀ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ 'ਚ ਕੋਈ ਖਾਸ ਡਿਫਰੈਂਸ ਨਹੀਂ ਹੈ ਹਿੱਤ ਸਮੂਹ ਅਤੇ ਦਬਾਅ ਸਮੂਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਹਿੱਤ ਸਮੂਹ ਜਦ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਇੰਟਰਸਟ ਗਰਪਸ ਦੀ ਤਾਂ ਸਾਂਝੇ ਹਿੱਤਾਂ ਦੀ ਪੂਰਤੀ ਸਾਂਝੇ ਜਾਂ ਵਿਸ਼ੇਸ਼ ਹਿੱਤਾਂ ਦੀ ਪੂਰਤੀ ਵਿਸ਼ੇਸ਼ਿਤ ਕੁਝ ਕਿ ਬੇਟੇ ਤਾਂ ਹਿੱਤ ਹੁੰਦੇ ਨੇ ਜਿਹੜੇ ਕਿ ਵਿਸ਼ੇਸ਼ ਹੁੰਦੇ ਨੇ ਹੁਣ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵਾਧਾ ਹੋ ਜਾਈ ਇਹ ਹਿੱਤ ਇਹ ਸਿਰਫ ਵਿਦਿਆਰਥੀਆਂ ਦੀ ਮੰਗ ਹੈ ਸਿਰਫ ਵਿਦਿਆਰਥੀਆਂ ਨਾਲ ਸੰਬੰਧਿਤ ਹੈ ਮੇਰੀ ਗੱਲ ਸਮਝ ਆ ਰਹੀ ਹੈ ਕਰੋਨਾ ਮਹਾਮਾਰੀ ਦੇ ਸਮੇਂ ਦੇ ਵਿੱਚ ਡਾਕਟਰਾਂ ਦੇ ਡਾਕਟਰ ਸੀ ਸੀਗੇ ਡਾਕਟਰ ਸੀ ਨਰਸਾਂ ਸੀ ਜੋ ਹਸਪੀਟਲ ਦੇ ਵਿੱਚ ਜਦੋਂ ਅਸੀਂ ਸਾਰੇ ਘਰਾਂ ਦੇ ਅੰਦਰ ਡਰ ਕੇ ਬੈਠੇ ਹੋਏ ਸੀ ਉਹ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਸੀ ਉਸ ਸਮੇਂ ਉਹਨਾਂ ਦੀਆਂ ਕੁਝ ਖਾਸ ਮੰਗਾਂ ਸਨ ਉਹਨਾਂ ਦੀ ਇੱਕ ਸੁਰੱਖਿਆ ਉਹ ਸਰਕਾਰ ਤੋਂ ਮੰਗ ਰਹੇ ਸਨ ਉਹ ਫੈਸਿਲਿਟੀਆਂ ਮੰਗ ਰਹੇ ਸਨ ਉਹਨਾਂ ਨੂੰ ਖਾਸ ਤਰੀਕੇ ਦੀ ਹੈਲਪ ਦੀ ਲੋੜ ਸੀ ਉਹ ਉਹਨਾਂ ਦਾ ਵਿਸ਼ੇਸ਼ਿਤ ਸੀ ਉਹਦੇ ਨਾਲ ਉਹਨਾਂ ਨੂੰ ਸ਼ਾਇਦ ਮੈਨੂੰ ਲੱਗਦਾ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਕੁਝ ਕੁ ਮੰਗਾ ਅਜਈਆਂ ਵੀ ਹੁੰਦੀਆਂ ਹਨ ਜਿਦਾ ਸਬੰਧ ਸਾਰੇ ਸਮਾਜ ਨਾਲ ਹੁੰਦਾ ਹੈ ਪਰ ਕੁਝ ਕੁ ਅਜਈਆਂ ਮੰਗਾ ਹੁੰਦੀਆਂ ਹਨ ਮੈਂ ਤੁਹਾਨੂੰ ਪਿਛਲੇ ਚੈਪਟਰ ਚ ਵੀ ਦੱਸਿਆ ਸੀ ਜੀਦਾ ਸਬੰਧ ਕੁਝ ਵਿਸ਼ੇਸ਼ਤਾਵਾਂ ਨਾਲ ਹੁੰਦਾ ਹੈ ਵਿਸ਼ੇਸ਼ ਕੁਝ ਖਾਸ ਲੋਕਾਂ ਤੱਕ ਉਹ ਚੀਜ਼ ਸੀਮਤ ਹੁੰਦੀ ਹੈ ਕਈ ਚੀਜ਼ਾਂ ਦਾ ਅਸਰ ਸਭਤੇ ਪੈਂਦਾ ਹੈ ਕਈ ਚੀਜ਼ਾਂ ਦਾ ਅਸਰ ਕੁਝ ਇੱਕ ਵਿਸ਼ੇਸ਼ ਵਰਗ ਦੇ ਉੱਤੇ ਪੈਂਦਾ ਹੈ ਸੋ ਹਿੱਤ ਸਮੂਹ ਸਾਂਝੇ ਹਿੱਤਾਂ ਦੀ ਪੂਰਤੀ ਜਾਂ ਕਹਿ ਲੋ ਕਿ ਵਿਸ਼ੇਸ਼ ਹਿੱਤਾਂ ਦੀ ਪੂਰਤੀ ਦੇ ਲਈ ਜਿਹੜੇ ਸਮੂਹ ਬਣਾਏ ਜਾਂਦੇ ਹਨ ਉਹ ਹਿੱਤ ਸਮੂਹ ਕਹਾਉਂਦੇ ਹਨ ਇੰਟਰਸਟ ਗਰੁੱਪ ਕਹਾਉਂਦੇ ਹਨ ਅਗਲੀ ਗੱਲ ਇਹਦੇ मीनिंग ਦੇ ਤੌਰ ਦੇ ਉੱਤੇ ਬਿਲਕੁਲ ਸਿੰਪਲ ਵਰਡਸ ਦੇ ਵਿੱਚ ਮੈਂ मीनिंग ਲਿਖਿਆ ਹੋਇਆ ਹੈ ਕਿ ਇੱਕੋ ਜਿਹੇ ਹਿੱਤਾਂ ਵਾਲੇ ਲੋਕ ਇੱਕੋ ਜਿਹੇ ਹਿੱਤਾਂ ਵਾਲੇ ਲੋਕ ਜਾਂ ਵਿਸ਼ੇਸ਼ ਹਿੱਤਾਂ ਦੀ ਪੂਰਤੀ ਦੇ ਲਈ ਵਿਸ਼ੇਸ਼ਿਤ ਮੈਂ ਬਾਰ ਬਾਰ ਸ਼ਬਦ ਯੂਜ਼ ਕਰ ਰਹੀ ਹਾਂ ਵਿਸ਼ੇਸ਼ਿਤਾਾਂ ਦੀ ਪੂਰਤੀ ਦੇ ਲਈ ਜਦੋਂ ਕੁਝ ਲੋਕ ਥੋੜੇ ਲੋਕ ਹੋ ਸਕਦੇ ਹਨ ਬਹੁਤੇ ਲੋਕ ਹੋ ਸਕਦੇ ਹਨ ਮੈਂ ਤੁਹਾਨੂੰ ਪਿਛਲੇ ਚੈਪਟਰ ਤੇ ਵੀ ਦੱਸਿਆ ਸੀ ਹਿੱਤ ਸਮੂਹ ਛੋਟਾ ਹੋ ਸਕਦਾ ਹੈ ਹਿੱਤ ਸਮੂਹ ਵੱਡਾ ਹੋ ਸਕਦਾ ਹੈ ਉਹ ਰਾਜ ਪੱਦਰ ਤੇ ਹੋ ਸਕਦਾ ਹੈ ਉਹ ਪੂਰੇ ਦੇਸ਼ ਦਾ ਹੋ ਸਕਦਾ ਹੈ ਉਹ ਅੰਤਰਰਾਸ਼ਟਰੀ ਪੱਦਰ ਤੇ ਵੀ ਹੋ ਸਕਦਾ ਹੈ ਮੇਰੀ ਗੱਲ ਸਭ ਫੋਲੋ ਕਰ ਰਹੇ ਹੋ ਜਦੋਂ ਸਾਂਝੇ ਹਿੱਤਾਂ ਵਾਲੇ ਲੋਕ ਕੁਝ ਵਿਸ਼ੇਸ਼ ਹਿੱਤਾਂ ਦੀ ਪੂਰਤੀ ਦੇ ਲਈ ਸਮੂਹਿਕ ਤੌਰ ਤੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਹਿੱਤ ਸਮੂਹ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਇਹ ਹਿੱਤ ਸਮੂਹ ਬੇਟੇ ਜਦੋਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਇਹਨਾਂ ਨੂੰ ਸਰਕਾਰ ਦੇ ਉੱਤੇ ਦਬਾਅ ਪਾਉਣਾ ਪੈਂਦਾ ਹੈ ਤਾਂ ਇਹ ਦਬਾਅ ਸਮੂਹ ਦਾ ਰੂਪ ਧਾਰਨ ਕਰਦੇ ਹਨ ਹੁਣ ਵਿਦਿਆਰਥੀਆਂ ਦੀ ਇੱਕ ਯੂਨੀਅਨ ਹੈ ਉਹ ਚੁੱਪ ਕਰਕੇ ਆਪਣਾ ਯੂਨੀਅਨ ਬਣੀ ਹੋਈ ਹੈ ਆਪਣੇ ਕੰਮ ਕਰ ਰਹੀ ਹੈ ਉਦੋਂ ਤਾਂ ਕੋ ਹਿੱਤ ਸਮੂਹ ਹੈ ਮੰਨ ਲਓ ਸਰਕਾਰ ਨੇ ਕੁਛ ਇੱਕ ਅਜਿਹਾ ਕਰਤਾ ਜੋ ਵਿਦਿਆਰਥੀਆਂ ਦੇ ਭਲੇ ਦੇ ਵਿੱਚ ਨਹੀਂ ਹੈ ਵਿਦਿਆਰਥੀਆਂ ਨੂੰ ਹੜਤਾਲਾਂ ਕਰਨੀਆਂ ਪਈਆਂ ਧਰਨੇ ਦੇਣੇ ਪਏ ਪ੍ਰਦਰਸ਼ਨ ਕਰਨੇ ਪਏ ਤੋੜ-ਫੋੜ ਕਰਨੀ ਪਈ ਸਰਕਾਰ ਦੇ ਚੱਕਾ ਜਾਮ ਕਰਨਾ ਪਿਆ ਰਸਤੇ ਰੋਕਣੇ ਪਏ ਤਾਂ ਉਸ ਸਮੇਂ ਉਹਨਾਂ ਦਾ ਉਹ ਹਿੱਤ ਸਮੂਹ ਕੀ ਦਾ ਰੂਪ ਧਾਰਨ ਕਰ ਗਿਆ ਦਬਾਅ ਸਮੂਹ ਦਾ ਰੂਪ ਧਾਰਨ ਕਰ ਗਿਆ ਸੋ ਯਾਦ ਰੱਖਣਾ ਸਾਂਝੇ ਹਿੱਤਾਂ ਦੀ ਪੂਰਤੀ ਦੇ ਲਈ ਜਾਗਰੂਕ ਹੋਣਾ ਪੈਂਦਾ ਹੈ ਠੀਕ ਹੈ ਗੁਰਗੋਬੀ ਸਿੰਘ ਜੀ ਨੇ ਵੀ ਇੱਕ ਗੱਲ ਬਹੁਤ ਸੋਹਣੀ ਕਹੀ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜਬਲ ਸੇ ਲੈ ਹੈ ਜੇ ਅਸੀਂ ਸੋਚੀਏ ਕਿ ਸਾਨੂੰ ਸਾਰੇ ਅਧਿਕਾਰ ਸਾਡੇ ਸਾਰੀ ਭਲਾਈ ਸਾਨੂੰ ਆਟੋਮੈਟਿਕਲੀ ਮਿਲ ਜੇਗੀ ਨਹੀਂ ਪੰਜਾਬੀ ਚ ਕਿਹਾ ਜਾਂਦਾ ਹੈ ਕਿ ਰੋਏ ਬਿਨਾ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਜਦ ਤੱਕ ਬੱਚਾ ਰੋਂਦਾ ਨਹੀਂ ਮਾਂ ਆਪਣੇ ਕੰਮ ਲੱਗੀ ਰਹਿੰਦੀ ਹੈ ਕਿ ਹਲੇ ਕਿਹੜਾ ਇਹਨੂੰ ਭੁੱਖ ਲੱਗੀ ਹੈ ਕੋਈ ਨਹੀਂ ਜਿੰਨੀ देर ਚੁੱਪ ਹੈ ਉਨੀ ਦੇ ਠੀਕ ਹੈ ਜਦੋਂ ਬੱਚਾ ਰੋਂਦਾ ਹੈ ਜ਼ੋਰ-ਜ਼ੋਰ ਦੀ ਤਾਂ ਹੀ ਮਾਂ ਦੁੱਧ ਦਿੰਦੀ ਹੈ ਇਸੇ ਤਰੀਕੇ ਨਾਲ ਯਾਦ ਰੱਖਣਾ ਆਪਣੇ ਹਿੱਤਾਂ ਦੇ ਪ੍ਰਤੀ ਜਾਗਰੂਕ ਹੋਣਾ ਪੈਂਦਾ ਹੈ ਆਪਣੇ ਹਿੱਤਾਂ ਦੇ ਲਈ ਯਤਨ ਕਰਨਾ ਪੈਂਦਾ ਹੈ ਤੇ ਜੀਓ ਯਤਨ ਤੁਸੀਂ ਇਕੱਲੇ ਕਰ ਰਹੇ ਹੋ ਥੋੜੇ ਜੇ ਲੋਕ ਕਰ ਰਹੇ ਆ ਤਾਂ ਉਹਦਾ ਕੋਈ ਅਸਰ ਨਹੀਂ ਪੈਂਦਾ ਉਹੀ ਯਤਨ ਜਦੋਂ ਵੱਡੇ ਪੱਧਰ ਤੇ ਹੋ ਜਾਂਦਾ ਹੈ ਕਾਫੀ ਲੋਕਾਂ ਵੱਲੋਂ ਹੋ ਜਾਂਦਾ ਹੈ ਸਾਂਝੇ ਤੌਰ ਤੇ ਹੋ ਜਾਂਦਾ ਹੈ ਤਾਂ ਬਿਟੇ ਉਹਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜਦੋਂ ਇਕੱਠੇ ਹੋਗੇ ਏਕਤਾ ਵਿੱਚ ਬਲ ਹੈ ਯਾਦ ਹੈ ਕਬੂਤਰ ਜਾਲ ਨੂੰ ਲੈ ਕੇ ਉੱਡ ਗਏ ਸੀ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਜਾਗਰੂਕ ਹੋ ਜਾਂਦੇ ਹਾਂ ਆਪਣੇ ਹਿੱਤਾਂ ਲਈ ਯਤਨ ਕਰਦੇ ਹਾਂ ਆਪਣੇ ਹਿੱਤਾਂ ਲਈ ਲੜਦੇ ਹਾਂ ਆਪਣੇ ਹਿੱਤਾਂ ਦੀ ਮੰਗ ਕਰਦੇ ਹਾਂ ਤਾਂ ਉਸ ਸਮੇਂ ਅਸੀਂ ਇਕੱਠੇ ਹੋ ਕੇ ਆਪਣੀਆਂ ਮੰਗਾਂ ਮਨਵਾ ਵੀ ਲੈਣੇ ਹਨ ਦੂਸਰੀ ਗੱਲ ਕਿ ਇੱਕ ਵਿਅਕਤੀ ਇੱਕ ਸਮੇਂ ਤੇ ਇੱਕ ਤੋਂ ਵੱਧ ਹਿੱਤ ਸਮੂਹ ਦਾ ਮੈਂਬਰ ਬਣ ਸਕਦਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੱਕ ਸ ਪਹਿਲੀ ਗੱਲ ਤਾਂ ਇਹਨਾਂ ਦੀ ਮੈਂਬਰੀ ਇੱਛੁਕ ਹੈ ਹੁਣ ਮੈਂ ਆ ਮੈਂ ਹੋ ਸਕਦਾ ਹੈ ਮੈਂ ਇੱਕ ਸਮੇਂ ਤੇ ਅਧਿਆਪਕ ਯੂਨੀਅਨ ਦੀ ਵੀ ਮੈਂਬਰ ਹੋਵਾਂ ਹੋ ਸਕਦਾ ਹੈ ਮੈਂ ਲੈਕਚਰਰ ਯੂਨੀਅਨ ਦੀ ਵੀ ਮੈਂਬਰ ਹੋਵਾਂ ਹੋ ਸਕਦਾ ਹੈ ਮੈਂ ਆਪਣੇ ਫੇਸ ਦੇ ਗੁਰਦੁਆਰਾ ਸਭਾ ਦੀ ਵੀ ਮੈਂਬਰ ਬਣ ਜਾ ਹੋ ਸਕਦਾ ਹੈ ਲੇਡੀਜ਼ ਨੇ ਕੋਈ ਕਲੱਬ ਬਣਾਇਆ ਹੈ ਕੋਈ ਸਮੂਹ ਬਣਾਇਆ ਹੋਇਆ ਹੈ ਹੋ ਸਕਦਾ ਹੈ ਮੈਂ ਉਹਦੀ ਮੈਂਬਰ ਵੀ ਹੋਵਾਂ ਹੋ ਸਕਦਾ ਹੈ ਮੈਂ ਹਿਊਮਨ ਰਾਈਟਸ ਦੀ ਮੈਂਬਰ ਵੀ ਹੋਵਾਂ ਕੀ ਮਤਲਬ ਕਿ ਇੱਕ ਸਮੇਂ ਤੇ ਇੱਕ ਵਿਅਕਤੀ ਇੱਕ ਤੋਂ ਵੱਧ ਹਿੱਤ ਸਮੂਦਾ ਮੈਂਬਰ ਬਣ ਸਕਦਾ ਹੈ ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ ਬੱਚੇ ਹਿੱਤ ਸਮੂਹ ਤੇ ਦਬਾਅ ਸਮੂਹਾਂ ਚ ਤੁਸੀਂ ਜ਼ਿਆਦਾ ਕਨਫਿਊਜ਼ ਨਹੀਂ ਹੋਣਾ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਇੱਕ ਸਿੱਕੇ ਦੇ ਦੋ ਪਹਿਲੂ ਇਕੋ ਗੱਲ ਹੈ ਜਦੋਂ ਵਿਸ਼ੇਸ਼ਤਾਵਾਂ ਵਾਲੇ ਸਾਂਝੇ ਹਿੱਤਾਂ ਵਾਲੇ ਲੋਕ ਖਾਸ ਹਿੱਤਾਂ ਦੀ ਪੂਰਤੀ ਦੇ ਲਈ ਇਕੱਠੇ ਹੋ ਜਾਂਦੇ ਹਨ ਯਤਨ ਕਰਦੇ ਹਨ ਆਪਣੇ ਹਿੱਤਾਂ ਆਪਣੀ ਮੰਗਾਂ ਨੂੰ ਮਨਾਉਣ ਦਾ ਕੰਮ ਕਰਦੇ ਹਨ ਆਪਣੇ ਕੰਮ ਕਰ ਰਹੇ ਹਨ ਆਪਣੇ ਭਲੇ ਦੇ ਕੰਮ ਕਰ ਰਹੇ ਹਨ ਤਾਂ ਉਹ ਹਿੱਤ ਸਮੂਹ ਹੈ ਜਦੋਂ ਉਹ ਹਿੱਤ ਸਮੂਹ ਨੂੰ ਸਰਕਾਰ ਤੇ ਦਬਾਅ ਪਾ ਕੇ ਆਪਣੀਆਂ ਮੰਗਾਂ ਮਨਾਉਣੀਆਂ ਪੈਂਦੀਆਂ ਹਨ ਉਸ ਸਮੇਂ ਉਹ ਦਬਾਅ ਸਮੂਹ ਦਾ ਰੂਪ ਧਾਰਨ ਕਰ ਲੈਂਦਾ ਹੈ ਸੋ ਥੋੜਾ ਜਿਹਾ ਡਿਫਰੈਂਸ ਹੈ ਜ਼ਿਆਦਾ ਡਿਫਰੈਂਸ ਨਹੀਂ ਹੈ ਵਿਸ਼ੇਸ਼ਤਾਵਾਂ ਦੇ ਤੌਰ ਤੇ ਅਸੀਂ ਗੱਲ ਕਰਾਂਗੇ ਪਹਿਲਾਂ ਵੀ ਕੀਤੀ ਕਿ ਵਿਸ਼ੇਸ਼ਤਾ ਪ੍ਰਤੀ ਜਾਗਰੂਕਤਾ ਜਾਗਰੂਕ ਹੋਏ ਬਿਨਾ ਅਵੇਅਰਨੈਸ ਤੋਂ ਬਿਨਾ ਮੈਂ ਦੁਬਾਰਾ ਕਹਿ ਰਹੀ ਹਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੇ ਸਰਕਾਰ ਨੇ ਕੋਈ ਗਲਤ ਨਿਯਮ ਪਾਸ ਕਰਤਾ ਤੁਹਾਡੇ ਨਾਲ ਤੱਕਾ ਹੋ ਗਿਆ ਵਿਦਿਆਰਥੀਆਂ ਦੇ ਨਾਲ ਤੱਕਾ ਮੰਨ ਲਓ ਯੂਨੀਵਰਸਿਟੀ ਨੇ ਫੀਸਾਂ ਵਧਾਤੀਆਂ ਜੇ ਕੋਈ ਵਿਦਿਆਰਥੀ ਜਾਗਰੂਕ ਹੀ ਨਹੀਂ ਹੈ ਬੋਲ ਹੀ ਨਹੀਂ ਰਿਹਾ ਵੀ ਚਲ ਵੱਧ ਗਈਆਂ ਤਾਂ ਵੱਧ ਗਈਆਂ ਕੋਈ ਗੱਲ ਨਹੀਂ ਫੇਰ ਫੇਰ ਕਦੇ ਵੀ ਹਰ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ ਸੋ ਪਹਿਲੀ ਗੱਲ ਤੁਹਾਨੂੰ ਆਪਣੇ ਹਿੱਤਾਂ ਪ੍ਰਤੀ ਜਾਗਰੂਕ ਹੋਣਾ ਪੈਂਦਾ ਹੈ ਦੂਸਰਾ ਆਪਣੇ ਹਿੱਤਾਂ ਪ੍ਰਤੀ ਯਤਨ ਵੀ ਕਰਨਾ ਪੈਂਦਾ ਹੈ ਦੂਸਰੀ ਚੀਜ਼ ਸੰਗਠਨ ਮੈਂ ਤੁਹਾਨੂੰ ਦੱਸਿਆ ਸੀ ਸੰਗਠਿਤ ਹੋਏ ਬਿਨਾ ਸੰਗਠਨ ਮੈਨੇ ਇਕੱਠੇ ਹੋਏ ਬਿਨਾ ਸੰਗਠਿਤ ਹੋਏ ਬਿਨਾ ਕਦੇ ਵੀ ਕੰਮ ਨਹੀਂ ਹੁੰਦਾ ਯਾਦ ਰੱਖਿਓ ਤੁਹਾਨੂੰ ਇੱਕ ਸਿੰਪਲ ਜੀ ਐਗਜ਼ਾਮਪਲ ਦੇ ਦਿੰਨੀ ਆ ਮੰਨ ਲਓ ਤੁਹਾਡੇ ਸਕੂਲ ਨੇ ਦੀਵਾਲੀ ਦੀਆਂ ਛੁੱਟੀਆਂ ਨੇ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਤੁਹਾਡੇ ਪੇਪਰ ਰੱਖਦੇ ਫੇਰ ਇੱਕ ਬੱਚਾ ਮੈਮ ਕੋਲ ਗਿਆ ਜਾਂਦਾ ਹੈ ਕਿ ਮੈਮ ਇਹ ਤਾਂ ਦੀਵਾਲੀ ਹੈ ਜੀ ਉਸ ਤੋਂ 3 ਦਿਨ ਬਾਅਦ ਦੀਵਾਲੀ ਹੈ ਮੈਡਮ ਪੇਪਰ ਤੁਸੀਂ ਪਲੀਜ਼ ਅੱਗੇ ਪਿੱਛੇ ਕਰ ਲਓ ਹੋ ਸਕਦਾ ਟੀਚਰਸ ਨਾ ਮੰਨਣ ਜਦੋਂ ਬੱਚਿਆਂ ਨੇ ਆਪਸ ਵਿੱਚ ਗੱਲਬਾਤ ਕੀਤੀ ਹੋ ਸਕਦਾ ਹੈ ਮੋਨੀਟਰ ਸਮੇਤ ਬੱਚਿਆਂ ਦਾ ਇੱਕ ਸਮੂਹ ਕਾਫੀ ਬੱਚੇ 8-10 ਬੱਚੇ ਮੈਡਮ ਕੋਲ ਚਲੇ ਜਾਣ ਪ੍ਰਿੰਸੀਪਲ ਮੈਮ ਕੋਲ ਚਲ ਜਾਣ ਜਦੋਂ ਹੋ ਸਕਦਾ ਹੈ ਦੂਸਰੀ ਕਲਾਸ ਵਾੜੇ ਵੀ ਚਲੇ ਜਾਣ ਇਹ ਪ੍ਰੈਸ਼ਰ ਹੁੰਦਾ ਬੇਟੇ ਜਦੋਂ ਤੁਸੀਂ ਆਪਣੀ ਮੰਗ ਇਕੱਠੇ ਹੋ ਕੇ ਪੇਸ਼ ਕਰਦੇ ਹੋ ਸ਼ੋ ਹੁੰਦਾ ਹੈ ਤੁਹਾਡੀ ਸਟਰੈਂਥ ਸ਼ੋ ਹੋ ਰਹੀ ਹੈ ਤਾਂ ਤੁਹਾਡੀਆਂ ਮੰਗਾਂ ਜਲਦੀ ਪੂਰੀਆਂ ਹੋ ਸਕਦੀਆਂ ਹਨ ਸੰਗਠਨ ਦਾ ਹੋਣਾ ਜ਼ਰੂਰੀ ਹੈ ਨੰਬਰ 3 ਸਰਵ ਵਿਆਪਕਤਾ ਸਰਵ ਵਿਆਪਕਤਾ ਯੂਨੀਵਰਸਲਿਟੀ ਇਹਦਾ ਮਤਲਬ ਕੀ ਹੈ ਕਿ ਚਾਹੇ ਲੋਕਤੰਤਰ ਦੇ ਵਿੱਚ ਤਾਂ ਹਿੱਤ ਸਮੂਹ ਅਤੇ ਦਬਾਅ ਸਮੂਹਾਂ ਦੀ ਬਹੁਤ ਮਹਾਨਤਾ ਮੰਨੀ ਜਾਂਦੀ ਹੈ ਕਿਉਂਕਿ ਲੋਕਤੰਤਰ ਵਿੱਚ ਬੋਲਣ ਦਾ ਵਿਚਾਰ ਪ੍ਰਗਟਾਉਣ ਦਾ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਹਿੱਤ ਸਮੂਹ ਅਤੇ ਦਬਾਅ ਸਮੂਹ ਕਾਫੀ ਹੱਦ ਤੱਕ ਸਰਵ ਸੱਤਾਵਾਦੀ ਸ਼ਾਸਨ ਤਾਨਾਸ਼ਾਹੀ ਸ਼ਾਸਨ ਜਾਂ ਸੰਵਾਦੀ ਦੇਸ਼ਾਂ ਵਿੱਚ ਵੀ ਪਾਏ ਜਾਂਦੇ ਹਨ ਪਰ ਮੈਂ ਨਾਲ ਤੁਹਾਨੂੰ ਇਹ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਉੱਥੇ ਉਹਨਾਂ ਨੂੰ ਉਨੀ ਆਜ਼ਾਦੀ ਨਹੀਂ ਹੁੰਦੀ ਜਿੰਨੀ ਆਜ਼ਾਦੀ ਲੋਕਤੰਤਰ 'ਚ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਸਰਕਾਰ ਦੇ ਖਿਲਾਫ ਹੀ ਅਸੀਂ ਕੰਮ ਕਰਨਾ ਹੈ ਅਸੀਂ ਵੈਸੇ ਵੀ ਆਪਣੇ ਇੰਟਰਸਟ ਨੂੰ ਪੂਰਾ ਕਰਨ ਦੇ ਲਈ ਹਿੱਤ ਸਮੂਹ ਬਣਾ ਸਕਦੇ ਹਾਂ ਕਿਸੇ ਚੰਗੇ ਉਦੇਸ਼ ਲਈ ਵੀ ਬਣਾ ਸਕਦੇ ਹਾਂ ਆਪਣੇ ਕੰਮ ਕਰਾਉਣ ਲਈ ਵੀ ਬਣਾ ਸਕਦੇ ਹਾਂ ਜ਼ਰੂਰੀ ਤਾਂ ਨਹੀਂ ਕਿ ਅਸੀਂ ਪ੍ਰਦਰਸ਼ਨ ਕਰਨਾ ਹੈ ਹੜਤਾਲਾਂ ਕਰਨੀਆਂ ਨੇ ਹਿੰਸਾ ਕਰਨੀ ਹੈ ਬਸਾਂ ਫੂਕਲੀਆਂ ਨੇ ਜ਼ਰੂਰੀ ਨਹੀਂ ਤੁਸੀਂ ਦੇਖੋ ਕਿੰਨੇ ਹੀ ਸੰਗਠਨ ਬਣੇ ਹੋਏ ਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਮੰਦਰਾਂ ਦੀਆਂ ਬਣੀਆਂ ਹੋਈਆਂ ਨੇ ਵਿਦਿਆਰਥੀ ਯੂਨੀਅਨਸ ਬਣੀਆਂ ਹੋਈਆਂ ਨੇ ਅਧਿਆਪਕ ਯੂਨੀਅਨ ਬਣੀਆਂ ਹੋਈਆਂ ਨੇ ਆਪਣੇ ਆਪਣੇ ਵਰਗ ਦੇ ਭਲੇ ਦੇ ਲਈ ਕੰਮ ਕਰ ਰਹੇ ਹਨ ਸੋ ਸਰਵ ਸਰਵ ਵਿਆਪਕਤਾ ਮਿਸ ਹਰ ਜਗ੍ਹਾ ਪਾਇਆ ਜਾਂਦਾ ਹੈ ਇੱਛੁਕ ਮੈਂਬਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਹਿੱਤ ਸਮੂਹ ਦਬਾਅ ਸਮੂਹ ਦੀ ਮੈਂਬਰੀ ਇੱਛੁਕ ਹੈ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਨਾਗਰਿਕ ਦੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਕਿ ਨਾਗਰਿਕ ਉਸ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਜਾਂ ਨਹੀਂ ਕੰਪਲਸਰੀ ਨਹੀਂ ਹੈ ਬੱਚੇ ਨਾ ਤਾਂ ਕੰਪਲਸਰੀ ਹੈ ਕਿ ਤੁਸੀਂ ਕਿਸੇ ਰਾਜਨੀਤਿਕ ਦਲ ਦੇ ਮੈਂਬਰ ਬਣੋ ਨਾ ਤੁਹਾਡੇ ਲਈ ਇਹ ਕੰਪਲਸਰੀ ਹੈ ਕਿ ਤੁਸੀਂ ਕਿਸੇ ਹਿੱਤ ਸਮੂਹ ਦਬਾਵ ਸਮੂਹ ਦੇ ਮੈਂਬਰ ਬਣੋ ਜੇ ਬਣਨਾ ਚਾਹੁੰਦੇ ਹੋ ਬਣੋ ਨਹੀਂ ਬਣਨਾ ਚਾਹੁੰਦੇ ਨਾ ਬਣੋ ਉਸ ਤੋਂ ਅੱਗੇ ਗੈਰ ਸੰਵਿਧਾਨਿਕ ਸੰਗਠਨ ਨਾਨ ਕਨਸਟੀਟਿਊਸ਼ਨਲ ਆਰਗੇਨਾਈਜੇਸ਼ਨ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਸਾਡਾ ਸੰਵਿਧਾਨ ਕਿਤੇ ਵੀ ਨਹੀਂ ਕਹਿੰਦਾ ਕਿ ਹਿੱਤ ਸਮੂਹ ਬਣਾਏ ਜਾਣ ਦਬਾਵ ਸਮੂਹ ਬਣਾਏ ਜਾਣ ਸਿਰਫ ਇਹ ਹੈ ਕਿ ਲੋਕਾਂ ਨੂੰ ਇਕੱਠੇ ਹੋਣ ਦਾ ਅਧਿਕਾਰ ਹੈ ਭਾਸ਼ਣ ਦੇਣ ਦਾ ਅਧਿਕਾਰ ਹੈ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ ਆਪਣੀਆਂ ਆਪਣੇ ਆਪ ਨੂੰ ਕਲੈਕਟਿਵਲੀ ਆਪਣਾ ਕੰਮ ਕਰਾਉਣ ਦਾ ਅਧਿਕਾਰ ਹੈ ਅਦਰਵਾਈਜ਼ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਇਹਨਾਂ ਬਾਰੇ ਮੈਂਸ਼ਨ ਨਹੀਂ ਕੀਤਾ ਗਿਆ ਵਿਸ਼ੇਸ਼ਤਾ ਦੀ ਰਾਖੀ ਮੈਂ ਬਾਰ-ਬਾਰ ਇਹੀ ਪੁਆਇੰਟ ਕਰ ਰਹੀ ਹਾਂ ਪ੍ਰੋਟੈਕਸ਼ਨ ਆਫ ਸਪੈਸ਼ਲ ਇੰਟਰਸਟ ਕਿ ਵਿਸ਼ੇਸ਼ਿਤ ਵਿਸ਼ੇਸ਼ਿਤ ਤੋਂ ਮੇਰਾ ਮਤਲਬ ਬਾਰ-ਬਾਰ ਮੈਂ ਤੁਹਾਨੂੰ ਦੱਸ ਰਹੀ ਹਾਂ ਬੱਚੇ ਵਿਸ਼ੇਸ਼ਿਤ ਦਾ ਮਤਲਬ ਹੈ ਕਿਸੇ ਖਾਸ ਹਿੱਤ ਨੂੰ ਲੈ ਕੇ ਕਾਸ ਇੰਟਰਸਟ ਨੂੰ ਲੈ ਕੇ ਹੁਣ ਮੰਨ ਲਓ ਅਧਿਆਪਕ ਨੇ ਅਧਿਆਪਕਾਂ ਦੀ ਬਹੁਤ ਦੇਰ ਤੋਂ ਪ੍ਰੋਮੋਸ਼ਨਸ ਨਹੀਂ ਹੋਈਆਂ ਤਾਂ ਹੋ ਸਕਦਾ ਹੈ ਅਧਿਆਪਕ ਯੂਨੀਅਨ ਆਪਣੇ ਵਿਸ਼ੇਸ਼ ਇਟ ਮੀਨਸ ਕਿ ਸਾਡੀਆਂ ਇੰਨਾ ਸਮਾਂ ਹੋ ਗਿਆ 10 ਸਾਲ ਹੋ ਗਏ 15 ਸਾਲ ਹੋ ਗਏ ਸਾਨੂੰ ਲੈਕਚਰਰ ਬਣਿਆ ਸਾਨੂੰ ਪ੍ਰਮੋਟ ਕੀਤਾ ਕਰਕੇ ਪ੍ਰਿੰਸੀਪਲ ਲਗਾਇਆ ਜャਵੇ ਵਿਸ਼ੇਸ਼ ਇੱਤ ਦੀ ਪੂਰਤੀ ਹੋ ਗਈ ਮੈਂ ਤੁਹਾਨੂੰ ਡਾਕਟਰਸ ਦੀ ਐਗਜ਼ਾਮਪਲ ਦੇ ਚੁਕੀਆਂ ਤੁਹਾਨੂੰ ਮੈਂ ਨਰਸਿਸ ਦੀ ਐਗਜ਼ਾਮਪਲ ਦੇ ਚੁਕੀਆਂ ਵਿਦਿਆਰਥੀਆਂ ਦੀ ਦੇ ਚੁਕੀਆਂ ਹੁਣ ਤੁਸੀਂ ਦੇਖੋ ਇਸ ਵੇਲੇ ਦੇਸ਼ ਵਿੱਚ ਸਭ ਤੋਂ ਵੱਡਾ ਪ੍ਰਦਰਸ਼ਨ ਕਿਸਾਨਾਂ ਦਾ ਖੇਤੀਬਾੜਿਆਂ ਦਾ ਚੱਲ ਰਿਹਾ ਹੈ ਕਿਸਾਨਾਂ ਦਾ ਪ੍ਰਦਰਸ਼ਨ ਕਿਉਂਕਿ ਉਹਨਾਂ ਦੇ ਵਿਸ਼ੇਸ਼ ਹਿੱਤ ਨੇ ਉਹ ਜੋ ਮੁੱਲ ਲੈਣਾ ਚਾਹੁੰਦੇ ਨੇ ਜੋ ਫਿਕਸ ਕਰਨਾ ਚਾਹੁੰਦੇ ਨੇ ਸਰਕੀਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ ਦੇ ਕਾਨੂੰਨ ਉਹਨਾਂ ਦੇ ਨਾਲ ਡਿਫਰ ਕਰਦੇ ਨੇ ਉਹ ਆਪਣੇ ਵਿਸ਼ੇਸ਼ ਹਿੱਤਾਂ ਦੀ ਪੂਰਤੀ ਦੇ ਲਈ ਅੱਜ ਪ੍ਰਦਰਸ਼ਨ ਕਰ ਰਹੇ ਨੇ ਅਯਤਨ ਕਰ ਰਹੇ ਨੇ ਸੋ ਵਿਸ਼ੇਸ਼ਤਾਵਾਂ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਇਹਨਾਂ ਨੂੰ ਬੱਚੇ ਜੇ ਤੁਸੀਂ ਲਿਖਣਾ ਵੀ ਹੈ ਮੈਂ ਆਪਣੇ ਹਰੇਕ ਲੈਕਚਰਸ ਕੰਨੀ ਆ ਕਿ ਜਦੋਂ ਲਿਖਣਾ ਵੀ ਆ ਤੁਸੀਂ ਇਹਨੂੰ ਸਿੰਪਲ ਵਰਡਿੰਗ ਦੇ ਵਿੱਚ ਆਪਣੇ ਅਕੋਰਡਿੰਗ ਲਿਖਣਾ ਹੈ ਕੋਈ ਕਿਤਾਬਾਂ ਵਾਲੀ ਲੈਂਗੁਏਜ ਜਾਂ ਕੋਈ ਟਫ ਲੈਂਗੁਏਜ ਲਿਖਣ ਦੀ ਤੁਹਾਨੂੰ ਕੋਈ ਲੋੜ ਨਹੀਂ ਜਦ ਤੁਸੀਂ ਠੀਕ ਲਿਖਿਆ ਹੋਏਗਾ ਆਪਣੇ ਸ਼ਬਦਾਂ ਚ ਲਿਖਿਆ ਹੋਏਗਾ ਤਾਂ ਤੁਹਾਨੂੰ ਫੁੱਲ ਮਾਰਕਸ ਮਿਲਣਗੇ ਠੀਕ ਹੈ ਅਗਲੀ ਗੱਲ ਹੈ ਹਿੱਤ ਸਮੂਹ ਅਤੇ ਦਬਾਅ ਸਮੂਹਾਂ ਵਿੱਚ ਅੰਤਰ ਸਭ ਤੋਂ ਪਹਿਲਾਂ ਅੰਤਰ ਹੈ ਮੈਂ ਤੁਹਾਨੂੰ ਦੱਸਿਆ ਕਿ ਹਿੱਤ ਸਮੂਹ ਅਤੇ ਦਬਾਅ ਸਮੂਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਇੱਕੋ ਜਿਹੇ ਹਨ ਇੱਕੋ ਗੱਲ ਹੈ ਤਕਰੀਬਨ ਥੋੜਾ ਜਿਹਾ ਅੰਤਰ ਕੀ ਹੈ ਨਾ ਸਾਧਨਾ ਸੰਬੰਧੀ ਅੰਤਰ ਕਿ ਜਿਹੜੇ ਹਿੱਤ ਸਮੂਹ ਹੁੰਦੇ ਹਨ ਇਹ ਬੇਟੇ ਪ੍ਰੇਰਨਾ ਦੇ ਸਾਧਨ ਵਰਤਦੇ ਹਨ ਪ੍ਰੇਰਨਾ ਮੀਨਸ ਪ੍ਰੇਰਿਤ ਕਰਕੇ ਪ੍ਰੇਰਿਤ ਕਰਕੇ ਪ੍ਰੇਰਿਤ ਕਰਕੇ ਮੈਨੇ ਗੱਲਬਾਤ ਕਰਕੇ ਕਿਸੇ ਨਾਲ ਕਿਸੇ ਨੂੰ ਕਨਵਿੰਸ ਕਰਾ ਕੇ ਵਿਚਾਰ ਵਟਾਂਦਰਾ ਕਰਕੇ ਕਿਸੇ ਨੂੰ ਕੋਈ ਪੁਆਇੰਟ ਸਮਝਾ ਕੇ ਮੰਨ ਲਓ ਤੁਸੀਂ ਵਿਦਿਆਰਥੀ ਯੂਨੀਅਨ ਦੇ ਮੈਂਬਰ ਨਹੀਂ ਹੋ ਹੋ ਸਕਦਾ ਹੈ ਵਿਦਿਆਰਥੀ ਯੂਨੀਅਨ ਵਾਲੇ ਤੁਹਾਨੂੰ ਪ੍ਰੇਰਣਾ ਦੇਣ ਤੁਹਾਨੂੰ ਸਮਝਾਉਣ ਕਿ ਤੁਸੀਂ ਇਹਦੇ ਮੈਂਬਰ ਬਣੋ ਇਹ ਸਾਡੀਆਂ ਮੰਗਾਂ ਨੇ ਇਹ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਉਹ ਤੁਹਾਨੂੰ ਪ੍ਰੇਰਣਾ ਦੇ ਕੇ ਵੀ ਆਪਣੇ ਨਾਲ ਲਗਾ ਸਕਦੇ ਹਨ ਵੈਸੇ ਵੀ ਉਹ ਪ੍ਰੇਰਣਾ ਦੇ ਅਕੋਰਡਿੰਗ ਵੀ ਆਪਣਾ ਕੰਮ ਕਰਵਾ ਸਕਦੇ ਹਨ ਜਦੋਂ ਕਿ ਜਿਹੜੇ ਦਬਾਅ ਸਮੂਹ ਹਨ ਇਹਨਾਂ ਨੂੰ ਆਪਣੀਆਂ ਮੰਗਾਂ ਬਣਾਉਣ ਦੇ ਲਈ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਕੀ ਕਰਨਾ ਪੈਂਦਾ ਹੈ ਸਰਕਾਰ ਦੇ ਉੱਤੇ ਦਬਾਅ ਪਾਣਾ ਪੈਂਦਾ ਹੈ ਮੈਨੂੰ ਲੱਗਦਾ ਜੇ ਤੁਹਾਡਾ ਅਗਲਾ ਲੈਕਚਰ ਹੋਏਗਾ ਉਹਦੇ ਵਿੱਚ ਇਹਨਾਂ ਦੇ ਕਾਰਜ ਵਿਧੀ ਦੇ ਢੰਗ ਆਣਗੇ ਕਿਵੇਂ ਆਪਣਾ ਕੰਮ ਕਰਾਉਂਦੇ ਨੇ ਦਬਾਅ ਕੀ ਸ੍ਰੀਕੇ ਨਾਲ ਪਾਉਂਦੇ ਨੇ ਦਬਾਅ ਚ ਬੱਚੇ ਇਹ ਬਿਨੇ ਪੱਤਰ ਦੇ ਸਕਦੇ ਆ ਅਧਿਕਾਰੀਆਂ ਨੂੰ ਮਿਲ ਸਕਦੇ ਹਨ ਇਸ ਤੋਂ ਇਲਾਵਾ ਪ੍ਰਦਰਸ਼ਨ ਕਰ ਸਕਦੇ ਹਨ ਹੜਤਾਲਾਂ ਕਰ ਸਕਦੇ ਹਨ ਦਿਖਾਵਾ ਕਰ ਸਕਦੇ ਹਨ ਠੀਕ ਹੈ ਆਪਣੀਆਂ ਮੰਗਾਂ ਮਨਾਉਣ ਦੇ ਲਈ ਰੋਸ਼ਤਰਨੇ ਕਰ ਸਕਦੇ ਹਨ ਮਰਨ ਵਰਤ ਤੇ ਬੈਠ ਸਕਦੇ ਹਨ ਕੋਈ ਵੀ ਚੱਕਾ ਜਾਮ ਕਰ ਸਕਦੇ ਹਨ ਹੁਣ ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਕਿਸਾਨਾਂ ਨੇ ਸਾਰੇ ਰਸਤੇ ਬਲੌਕ ਕਰਦੇ ਇਹ ਵੀ ਇੱਕ ਤਰੀਕਾ ਹੈ ਦਬਾਅ ਪਾਉਣ ਦਾ ਸਰਕਾਰ ਤੇ ਦੂਸਰੀ ਗੱਲ ਕਾਫੀ ਹੱਦ ਤੱਕ ਰਾਜਨੀਤੀ ਤੋਂ ਰਹਿਤ ਕਿ ਜਿਹੜੇ ਹਿੱਤ ਸਮੂਹ ਹੁੰਦੇ ਹਨ ਇਹ ਚੁੱਪ ਕਰਕੇ ਆਪਣਾ ਕੰਮ ਕਰਦੇ ਰਹਿੰਦੇ ਹਨ ਰਾਜਨੀਤੀ ਤੋਂ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਆਰਾਮ ਨਾਲ ਆਪਣਾ ਕੰਮ ਕਰਦੇ ਹਨ ਜੇ ਕੋਈ ਆਪਣੀਆਂ ਮੰਗਾਂ ਹੁੰਦੀਆਂ ਹਨ ਤਾਂ ਕਿਸੇ ਨਾ ਕਿਸੇ ਵੱਡੇ ਅਫਸਰ ਨੂੰ ਜਾਂ ਵਿਧਾਇਕ ਨੂੰ ਮਿਲ ਕੇ ਆਪਣੀਆਂ ਮੰਗਾਂ ਪੂਰੀਆਂ ਕਰਾ ਲੈਂਦੇ ਹਨ ਗੱਲਬਾਤ ਦੇ ਰਾਹੀਂ ਕੋਈ ਬਹੁਤੀ ਰਾਜਨੀਤੀ ਨਾਲ ਲੈਣਾ ਦੇਣਾ ਨਹੀਂ ਜਦੋਂ ਕਿ ਹਿੱਤਬਾਅ ਸਮੂਹ ਰਾਜਨੀਤੀ ਨਾਲ ਕਾਫੀ ਹੱਦ ਤੱਕ ਸਬੰਧਿਤ ਹੁੰਦੇ ਹਨ ਇਹ ਰਾਜਨੀਤਿਕ ਦਲਾਂ ਨਾਲ ਚੋਣ ਸਮਝੌਤੇ ਕਰਦੇ ਹਨ ਚੋਣਾ ਸਮੇ ਇਹ ਰਾਜਨੀਤਿਕ ਦਲਾ ਦੀ ਮਦਦ ਕਰਦੇ ਹਨ ਅਤੇ ਚੋਣਾ ਤੋਂ ਬਾਅਦ ਰਾਜਨੀਤਿਕ ਦਲਾਂ ਤੋਂ ਆਪਣੀਆਂ ਮੰਗਾਂ ਬਣਾਉਂਦੇ ਹਨ ਪ੍ਰਭਾਵਿਤ ਕਰਦੇ ਹਨ ਤੀਸਰੀ ਚੀਜ਼ ਸ਼ਾਸਨ ਨੂੰ ਪ੍ਰਭਾਵਿਤ ਨਹੀਂ ਕਰਦੇ ਮੈਂ ਤੁਹਾਨੂੰ ਸੇਮ ਗੱਲ ਦੱਸ ਕੇ ਹਟੀਆਂ ਕਿ ਹਿੱਤ ਸਮੂਹ ਜਿਹੜੇ ਹਨ ਉਹ ਆਪਣਾ ਕਾਰਜ ਆਰਾਮ ਨਾਲ ਆਪੇ ਕਰੀ ਜਾਂਦੇ ਹਨ ਉਹ ਸ਼ਾਸਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ ਜਦੋਂ ਕਿ ਜਿਹੜੇ ਦਬਾਅ ਸਮੂਹ ਹਨ ਉਹ ਸ਼ਾਸਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਨ ਦਾ ਕੰਮ ਕਰਦੇ ਹਨ ਛੋਟੇ ਛੋਟੇ ਅੰਤਰ ਹੈ ਬਿਲਕੁਲ ਛੋਟੀ ਛੋਟੀ ਗੱਲ ਕੋਈ ਮਾਈਨਰ ਅੰਤਰ ਹੀ ਮੈਂ ਇਹਨਾਂ ਨੂੰ ਕਹਾਂਗੀ ਕੋਈ ਵਿਸ਼ੇਸ਼ ਡਿਫਰੈਂਸ ਮੈਂ ਨਹੀਂ ਕਹਿ ਸਕਦੀ ਕਿਉਂਕਿ ਤੁਹਾਡੇ ਬੁੱਕ ਦੇ ਵਿੱਚ ਹੈ ਜਾਂ ਕਹਿ ਲਓ ਕਿ ਤੁਹਾਨੂੰ ਪੇਪਰ ਦੇ ਪੁਆਇੰਟ ਆਫ View ਤੋਂ ਆ ਸਕਦੇ ਆ ਤਾਂ ਬੱਚੇ ਤੁਸੀਂ ਇਹਨੂੰ ਥੋੜਾ ਜਿਹਾ ਕਰ ਲੈਣਾ ਆਦਰਵਾਇਜ਼ ਮੇਰੇ ਹਿਸਾਬ ਨਾਲ ਕਾਫੀ ਹੱਦ ਤੱਕ ਇਹ ਇੱਕ ਦੂਸਰੇ ਦੇ ਨਾਲ ਮੇਲ ਖਾਂਦੇ ਨੇ ਅਗਲਾ ਜੋ ਤੁਹਾਡਾ ਟੌਪਿਕ ਹੈਗਾ ਦਬਾਬ ਸਮੂਹਾਂ ਦੇ ਕਾਰਜ ਫੰਕਸ਼ਨਸ ਐਂਡ ਇੰਪੋਰਟੈਂਸ ਆਫ ਪ੍ਰੈਸ਼ਰ ਗਰੂਪਸ ਤੁਹਾਨੂੰ ਹਿੱਤ ਸਮੂਹਾਂ ਦੇ ਕਾਰਜ ਆ ਜਾਣ ਤੁਹਾਨੂੰ ਦਬਾਬ ਸਮੂਹਾਂ ਦੇ ਵੈਸੇ ਤੁਹਾਡੀ ਬੁੱਕ ਦੇ ਅਕੋਰਡਿੰਗ ਤੁਹਾਨੂੰ ਦਬਾਬ ਸਮੂਹਾਂ ਦੇ ਕਾਰਜ ਹੀ ਆਉਣਗੇ ਵੈਰੀ ਇੰਪੋਰਟੈਂਟ ਕੁਐਸਚਨ ਹੈ 6 ਨੰਬਰ ਦੇ ਵਿੱਚ ਕੰਮ ਆ ਸਕਦੇ ਨੇ 6 ਕੰਮ ਪੁੱਛੇ ਜਾ ਸਕਦੇ ਨੇ 4 ਨੰਬਰ ਚ 4 ਕੰਮ ਪੁੱਛੇ ਜਾ ਸਕਦੇ ਨੇ 2 ਨੰਬਰ ਚ 2 ਪੁੱਛੇ ਜਾ ਸਕਦੇ ਨੇ 1 ਕੰਮ ਵੀ ਪੁੱਛਿਆ ਜਾ ਸਕਦਾ ਹੈ ਦਬਾਬ ਸਮੂਹਾਂ ਦਾ ਮੁੱਖ ਕਾਰਜ ਕੀ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਸੋ ਇੰਪੋਰਟੈਂਟ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ ਹੈ ਹੈਡਿੰਗਸ ਮੈਂ ਤੁਹਾਨੂੰ ਦੱਸ ਰਹੀਆਂ ਜਿਹੜੇ ਤੁਸੀਂ ਵਿੱਚ ਡਿਟੇਲ ਲਿਖਣੀ ਹੈ ਬੱਚੇ ਤੁਸੀਂ ਆਪ ਬਣਾ ਲਿਓ ਦਬਾਬ ਸਮੂਹਾਂ ਦਾ ਪਹਿਲਾ ਕਾਰਜ ਹੈਗਾ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਕਿਹੜੇ ਮੈਂਬਰ ਕਿਹੜੇ ਮੈਂਬਰ ਆਪਣੇ ਆਪਣਾ ਜੇ ਕਿਸਾਨਾਂ ਦਾ ਦਬਾਬ ਸਮੂਹ ਹੈ ਤਾਂ ਕਿਸਾਨਾਂ ਕਿਸਾਨ ਉਹਨਾਂ ਦੇ ਮੈਂਬਰ ਨੇ ਅਧਿਆਪਕਾਂ ਦਾ ਹੈ ਤਾਂ ਅਧਿਆਪਕ ਨੇ ਨਰਸਾਂ ਦਾ ਦਬਾਬ ਸਮੂਹ ਹੈ ਤਾਂ ਨਰਸ ਉਹਨਾਂ ਦੇ ਮੈਂਬਰ ਨੇ ਜੀੜਿਆ ਦਬਾਬ ਸਮੂਹ ਜਿਸ ਆਧਾਰ ਤੇ ਦਬਾਬ ਸਮੂਹ ਬਣਿਆ ਹੈ ਉਸੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਇਹਨਾਂ ਦਾ ਦਬਾਬ ਸਮੂਹਾਂ ਦਾ ਪਹਿਲਾ ਕੰਮ ਹੈ ਹਿੱਤਾਂ ਦੀ ਰਾਖੀ ਕਰਨਾ ਮੈਨੇ ਇੰਟਰਸਟ ਉਹਨਾਂ ਦਾ ਕਿਸ ਚੀਜ਼ 'ਚ ਹੈ ਉਹਨਾਂ ਨੂੰ ਫਾਇਦਾ ਕਿਸ ਚੀਜ਼ 'ਚ ਹੈ ਉਹਨਾਂ ਦੀਆਂ ਕੀ ਮੰਗਾਂ ਨੇ ਇਹ ਪੂਰਾ ਕਰਨਾ ਦੂਸਰੀ ਚੀਜ਼ ਜਨਤਕ ਨੀਤੀਆਂ ਅਤੇ ਕਾਨੂੰਨਾਂ ਨੂੰ ਪ੍ਰਭਾਵਿਤ ਕਰਨਾ ਜਨਤਕ ਨੀਤੀਆਂ ਮੈਨੇ ਜਨਤਾ ਨਾਲ ਸੰਬੰਧਿਤ ਨੀਤੀਆਂ ਨੀਤੀਆਂ ਮੈਂ ਨੀਤੀਆਂ ਅਤੇ ਕਾਨੂੰਨ ਕੌਣ ਬਣਾਉਂਦਾ ਸਰਕਾਰ ਬਣਾਉਂਦੀ ਹੈ ਨਿਤਿਆ ਤੇ ਕਾਨੂੰਨ ਕੌਣ ਬਣਾਉਂਦੇ ਸਰਕਾਰ ਬਣਾਉਂਦੀ ਹੈ ਬਣਾਉਂਦੀ ਕਿਹਦੇ ਲਈ ਇਹ ਸਾਰਿਆਂ ਲਈ ਬਣਾਉਂਦੀ ਹੈ ਕਿਸਾਨਾਂ ਲਈ ਵੀ ਨਿਯਮ ਬਣਦੇ ਨੇ ਉਦਯੋਗਪਤੀਆਂ ਲਈ ਬਣਦੇ ਨੇ ਵਪਾਰੀਆਂ ਲਈ ਬਣਦੇ ਨੇ ਦੁਕਾਨਦਾਰਾਂ ਲਈ ਬਣਦੇ ਨੇ ਅਧਿਆਪਕਾਂ ਲਈ ਬਣਦੇ ਨੇ ਸਾਰਿਆਂ ਸਾਰਿਆਂ ਸਾਰੇ ਦੇਸ਼ ਸਬੰਧੀ ਨਿਯਮ ਬਣਦੇ ਨੇ ਸੋ ਜਦੋਂ ਜਨਤਕ ਨੀਤੀ ਬਣ ਰਹੀ ਹੋਵੇ ਜਦੋਂ ਕਾਨੂੰਨ ਬਣ ਰਿਹਾ ਹੋਵੇ ਉਸ ਕਾਨੂੰਨ ਨੂੰ ਪ੍ਰਭਾਵਿਤ ਕਰਕੇ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਨਾ ਵਿਦਿਆਰਥੀਆਂ ਲਈ ਕਾਨੂੰਨ ਬਣ ਰਿਹਾ ਤਾਂ ਵਿਦਿਆਰਥੀਆਂ ਦੀ ਯੂਨੀਅਨ ਚੁੱਕਣਾ ਰਹਿਣਗੀਆਂ ਕਿ ਇਹ ਕਾਨੂੰਨ ਬਣ ਰਿਹਾ ਇਹਦੇ ਨਾਲ ਸਾਨੂੰ ਫਾਇਦਾ ਹੈ ਕਿ ਨੁਕਸਾਨ ਹੈ ਜੇ ਨੁਕਸਾਨ ਹੈ ਤਾਂ ਉਹ ਕੰਮ ਕਰਨਗੇ ਐਂਟੀ ਕੰਮ ਕਰਨਗੇ ਸਰਕਾਰ ਤੋਂ ਮੰਗਾ ਕਰਨਗੇ ਤੀਸਰਾ ਹੈ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਸਥਾਪਿਤ ਕਰਨਾ ਸਰਕਾਰੀ ਕਿਹੜੇ ਅਧਿਕਾਰੀ ਉੱਚ ਅਧਿਕਾਰੀ ਹੁਣ ਤੁਸੀਂ ਦੇਖੋ ਕਈ ਵਾਰੀ ਕੋਈ ਦਬਾਅ ਸਮੂਹ ਪਹਿਲਾਂ ਆਪਣਾ ਮੰਗ ਪੱਤਰ ਲੈ ਕੇ ਡੀਸੀ ਸਾਹਿਬ ਕੋਲ ਵੀ ਜਾ ਸਕਦੇ ਨੇ ਐਸਟੀਐਮ ਸਾਹਿਬ ਕੋਲ ਜਾ ਸਕਦੇ ਨੇ ਏਡੀਸੀ ਸਾਹਿਬ ਕੋਲ ਜਾ ਸਕਦੇ ਨੇ ਆਪਣੇ ਚੇਅਰਮੈਨ ਸਾਹਿਬ ਕੋਲ ਜਾ ਸਕਦੇ ਨੇ ਜੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਸਾਡੇ ਯੂਨੀయన్స్ ਨੇ ਕੋਈ ਕੰਮ ਕਰਾਉਣਾ ਹੈ ਤਾਂ ਉਹ ਕਿਸੇ ਕੋਲ ਸੈਕਟਰੀ ਸਾਹਿਬ ਕੋਲ ਜਾ ਸਕਦੇ ਨੇ ਡੀਪੀਆਈ ਸਾਹਿਬ ਕੋਲ ਜਾ ਸਕਦੇ ਨੇ ਕਿਉਂ ਕਿ ਜਿਹੜਾ ਕੰਮ ਕਰਨਾ ਹੁੰਦਾ ਹੈ ਉਹ ਕਿਹਨੇ ਕਰਨਾ ਹੁੰਦਾ ਹੈ ਸਰਕਾਰੀ ਉੱਚ ਅਧਿਕਾਰੀਆਂ ਨੇ ਸੋ ਜਿਹੜੇ ਹਿੱਤ ਅਤੇ ਦਬਾਅ ਸਮੂਹਾ ਦੇ ਮੈਂਬਰ ਹੁੰਦੇ ਹਨ ਇਹ ਸਰਕਾਰੀ ਅਧਿਕਾਰੀਆਂ ਦੇ ਨਾਲ ਸੰਪਰਕ ਕਾਇਮ ਕਰਦੇ ਹਨ ਮੀਨਜ਼ ਉਹਨਾਂ ਨੂੰ ਜਾ ਕੇ ਮਿਲਦੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਨ ਉਹਨਾਂ ਨੂੰ ਆਪਣਾ ਪੱਖ ਸਮਝਾਉਂਦੇ ਹਨ ਉਹਨਾਂ ਨੂੰ ਬਿਨੇ ਪੱਤਰ ਦੇ ਸਕਦੇ ਹਨ ਸਾਰੀ ਆਪਣੀ ਗੱਲ ਉਹਨਾਂ ਦੇ ਅੱਗੇ ਰੱਖ ਸਕਦੇ ਹਨ ਉਸ ਤੋਂ ਅਗਲੀ ਗੱਲ ਰਾਜਨੀਤਿਕ ਦਲਾਂ ਨਾਲ ਸੰਬੰਧ ਕਾਇਮ ਕਰਨੇ ਰਾਜਨੀਤਿਕ ਦਲਾਂ ਦੇ ਨਾਲ ਬੱਚੇ ਰਾਜਨੀਤਿਕ ਦਲ ਨਾਲ ਸੰਬੰਧ ਮੈਂ ਤੁਹਾਨੂੰ ਬਾਰ-ਬਾਰੇ ਪੁਆਇੰਟ ਕਹਿ ਰਹੀ ਹਾਂ ਕਿ ਕੀ ਹੁੰਦਾ ਚੋਣਾਂ ਤੋਂ ਪਹਿਲਾਂ ਸਮਝੌਤੇ ਹੋ ਜਾਂਦੇ ਹਨ ਮੰਨ ਲਓ ਪੰਜਾਬ 'ਚ ਇਲੈਕਸ਼ਨ ਹੈ ਪੰਜਾਬ 'ਚ ਇਲੈਕਸ਼ਨ ਹੈ ਤਾਂ ਪੰਜਾਬ ਦਾ ਹਰੇਕ ਰਾਜਨੀਤਿਕ ਦਲ ਕੀ ਚਾਹੇਗਾ ਕਿ ਵੱਧ ਤੋਂ ਵੱਧ ਇੰਟਰਸਟ ਗਰੁੱਪਸ ਪ੍ਰੈਸ਼ਰ ਗਰੁੱਪਸ ਉਹਦੇ ਨਾਲ ਹੋਣ ਵਿਦਿਆਰਥੀਆਂ ਦੇ ਨਾਲ ਸੌਦੇਬਾਜ਼ੀ ਹੁੰਦੀ ਹੈ ਕਿ ਅੱਜ ਸਾਡੀਆਂ ਇਲੈਕਸ਼ਨਸ ਨੇ ਅੱਜ ਤੁਸੀਂ ਸਾਨੂੰ ਹੈਲਪ ਕਰੋ ਫਿਰ ਜਿੱਤਣ ਤੋਂ ਬਾਅਦ ਅਸੀਂ ਤੁਹਾਡੇ ਕਾਰਜ ਕਰਾਂਗੇ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਚਲਦੇ ਨੇ ਵਪਾਰੀਆਂ ਨੂੰ ਆਪਣੇ ਨਾਲ ਲੈ ਕੇ ਚਲਦੇ ਨੇ ਇਸਤਰੀਆਂ ਦੇ ਸਮੂਹਾਂ ਨੂੰ ਆਪਣੇ ਨਾਲ ਲੈ ਕੇ ਚਲਦੇ ਨੇ ਕਿਉਂ ਤਾਂ ਜੋ ਵੱਧ ਤੋਂ ਵੱਧ ਸਮੂਹ ਉਹਨਾਂ ਨਾਲ ਹੋਣ ਅਤੇ ਵੱਧ ਤੋਂ ਵੱਧ ਵੋਟਾਂ ਉਹ ਪ੍ਰਾਪਤ ਕਰ ਸਕਣ ਸੌਦੇਬਾਜ਼ੀ ਹੁੰਦੀ ਹੈ ਟੋਟਲੀ ਜਿਹਨੂੰ ਆਪਾਂ ਕਹਿੰਦੇ ਆ ਸੌਦੇਬਾਜ਼ੀ ਕਰਨਾ ਸੌਦੇਬਾਜ਼ੀ ਕੀ ਹੈ ਕਿ ਅੱਜ ਮੈਂ ਤੇਰੀ ਹੈਲਪ ਕਰ ਰਿਹਾ ਹਾਂ ਕੱਲ ਤੂੰ ਸੀ ਸਾਡੀ ਹੈਲਪ ਕਰਨੀ ਹੈ ਜਿੱਤਣ ਤੋਂ ਪਹਿਲਾਂ ਯਾਦ ਰੱਖਣਾ ਰਾਜਨੀਤਿਕ ਦਲ ਕਿਹਦੀ ਹੈਲਪ ਲੈਂਦੇ ਹਨ ਹਿੱਤ ਸਮੂਹਾਂ ਅਤੇ ਦਬਾਅ ਸਮੂਹਾਂ ਦੀ ਚੋਣਾ ਸਮੇਂ ਬਾਅਦ ਵਿੱਚ ਜਿੱਤਣ ਤੋਂ ਬਾਅਦ ਹਿੱਤ ਸਮੂਹ ਅਤੇ ਦਬਾਅ ਸਮੂਹ ਰਾਜਨੀਤਿਕ ਦਲਾਂ ਤੋਂ ਆਪਣੇ ਕੰਮ ਕਰਾਉਂਦੇ ਹਨ ਸੋ ਹਰੇਕ ਰਾਜਨੀਤਿਕ ਦਲ ਕੋਸ਼ਿਸ਼ ਕਰਦਾ ਹੈ ਕਿਓ ਹਿੱਤ ਸਮੂਹਾਂ ਅਤੇ ਦਬਾਅ ਸਮੂਹਾਂ ਖਾਸ ਤੌਰ ਤੇ ਤੇ ਜਿਨ੍ਹਾਂ ਦੇ ਵੱਡੇ ਵੱਡੇ ਸਮੂਹ ਨੇ ਜਿਵੇਂ ਕਿਸਾਨਾਂ ਦੇ ਸਮੂਹ ਨੇ ਵਪਾਰੀਆਂ ਦੇ ਸਮੂਹ ਨੇ ਤਾਂ ਇਹ ਇਹਨੂੰ ਉਹਨਾਂ ਨੂੰ ਆਪਣੇ ਨਾਲ ਲੈ ਕੇ ਚਲਦੇ ਹਨ ਉਸ ਤੋਂ ਅਗਲੀ ਗੱਲ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਨਾ ਯਾਦ ਰੱਖਣਾ ਜਿੰਨੀ ਜ਼ਿਆਦਾ ਤੁਹਾਡੀ ਮੰਗ ਦਾ ਪ੍ਰਚਾਰ ਹੋਏਗਾ ਓਨੀ ਜਲਦੀ ਤੁਹਾਡੀ ਮੰਗ ਮੰਨੀ ਜਾਏਗੀ ਸਿੰਪਲ ਗੱਲ ਹੈ ਕਿ ਜੇ ਤੁਸੀਂ ਮੈਂ ਸਿੰਪਲ ਜੀ ਐਗਜ਼ਾਮਪਲ ਦਿੰਨੀ ਆ ਮੰਨ ਲਓ ਤੁਸੀਂ ਕੋਈ ਘਰ ਦੇ ਵਿੱਚ ਤੁਹਾਡੀ ਕੋਈ ਮੰਗ ਹੈ ਜੇ ਤੁਸੀਂ ਮੰਮੀ ਨੂੰ ਹੌਲੀ ਜੀ ਕਹਿਤਾ ਕਿ ਮੰਮੀ ਮੈਂ ਇਦਾਂ ਚਾਹੁੰਦਾ ਠੀਕ ਹੈ ਮੰਮੀ ਨੇ ਸੁਣ ਕੇ ਗੱਲ ਆਈ ਗਈ ਕਰਤੀ ਵੀ ਚਲੋ ਕੋਈ ਗੱਲ ਨਹੀਂ ਹੋ ਸਕਦਾ ਹੈ ਤੁਹਾਡੀ ਮੰਗ ਪੂਰੀ ਹੋਵੇ ਨਹੀਂ ਮੰਨ ਲਓ ਤੁਸੀਂ ਆਪਣੀ ਮੰਗ ਮੰਮੀ ਨੂੰ ਵੀ ਦੱਸੀ ਫਿਰ ਤੁਸੀਂ ਡੈਡੀ ਦੇ ਅੱਗੇ ਮੰਗ ਰੱਖੀ ਤੁਸੀਂ ਵੱਡੇ ਭਰਾ ਤੋਂ ਕੋਹਾਇਆ ਤੁਸੀਂ ਆਪਣੇ ਦਾਦਾ ਦਾਦੀ ਤੋਂ ਕੋਹਾਇਆ ਜਾਂ ਤੁਸੀਂ ਆਪਣੀ ਮੰਗ ਦੇ ਬਾਰੇ ਵਿੱਚ ਇੰਨੇ ਅ ਜਿੱਦ ਵਿੱਚ ਆ ਗਏ ਕਿ ਨਹੀਂ ਇਹ ਮੇਰੀ ਮੰਗ ਹੈ ਇਹ ਤਾਂ ਪੂਰੀ ਕਰਨੀ ਹੀ ਕਰਨੀ ਹੈ ਜਿੰਨੀ ਜ਼ਿਆਦਾ ਤੁਹਾਡੀ ਮੰਗ ਦਾ ਪ੍ਰਚਾਰ ਹੋਏਗਾ ਲੋਕਾਂ ਨੂੰ ਤੁਹਾਡੇ ਪ੍ਰਚਾਰ ਪਤਾ ਲੱਗੇਗਾ ਮੰਗਾ ਬਾਰੇ ਉੰਨੀ ਹੀ ਜਲਦੀਆਂ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਹੁਣ ਤੁਸੀਂ ਦੇਖੋ ਟਰੱਕ ਯੂਨੀਅਨ ਵਾਲਿਆਂ ਨੇ ਹੜਤਾਲ ਕਰਤੀ ਸਾਨੂੰ ਕਿੱਥੋਂ ਪਤਾ ਲੱਗਿਆ ਅਖਬਾਰਾਂ ਤੋਂ ਰੇਡੀਓ ਤੋਂ ਟੈਲੀਵਿਜ਼ਨ ਤੋਂ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਕੀ ਮੰਗਾਂ ਨੇ ਅਖਬਾਰਾਂ ਵਿੱਚ ਆਂਦਾ ਰੇਡੀਓ ਚਾਂਦਾ ਟੈਲੀਵਿਜ਼ਨ ਚਾਂਦਾ ਜਿੰਨਾ ਜ਼ਿਆਦਾ ਮੰਗਾਂ ਦਾ ਪ੍ਰਚਾਰ ਹੋਏਗਾ ਉਨੀਆਂ ਜ਼ਿਆਦਾ ਮੰਗਾਂ ਮੰਨੀਆਂ ਜਾਣਗੀਆਂ। ਉਹਨਾਂ ਜ਼ਿਆਦਾ ਤੁਹਾਡਾ ਕੰਮ ਈਜ਼ੀਲੀ ਹੋ ਸਕਦਾ ਹੈ। ਅੱਜ ਕਿਸਾਨ ਯੂਨੀਅਨਾਂ ਦੀਆਂ ਮੰਗਾਂ ਮੈਨੂੰ ਲੱਗਦਾ ਬੱਚੇ-ਬੱਚੇ ਦੇ ਮੂੰਹ ਤੇ ਆ ਕਿ ਕਿਸਾਨ ਕੀ ਚਾਹੁੰਦੇ ਨੇ। ਮੰਗ ਦਾ ਪ੍ਰਚਾਰ ਹੋ ਗਿਆ। ਮੇਰੀ ਗੱਲ ਸਮਝ ਆ ਗਈ? ਸੋ ਆਪਣੀਆਂ ਮੰਗਾਂ ਦਾ ਰੇਡੀਓ ਵਿੱਚ, ਅਖਬਾਰਾਂ ਰਾਹੀਂ, ਟੈਲੀਵਿਜ਼ਨ ਰਾਹੀਂ, ਪੈਂਫਲੈਟਸ ਰਾਹੀਂ, ਪ੍ਰਚਾਰਕ ਕਮੇਟੀਆਂ ਰਾਹੀਂ ਕਿਸੇ ਤਰ੍ਹਾਂ ਵੀ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਨਾ। ਕਿਉਂ? ਜਾ ਜੋ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ ਚੋਣਾ ਸਮੇਂ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਦੀ ਮਦਦ ਕਰਨਾ ਮੈਂ ਤੁਹਾਨੂੰ ਪੁਆਇੰਟ ਕਰਵਾ ਚੁੱਕੀ ਹਾਂ ਇਹ ਕਿ ਚੋਣਾ ਸਮੇਂ ਰਾਜਨੀਤਿਕ ਦਲਾਂ ਦੇ ਉਮੀਦਵਾਰ ਇਹਨਾਂ ਨਾਲ ਸਾਠ ਘਾਟ ਕਰਦੇ ਨੇ ਅਤੇ ਚੋਣਾ ਸਮੇਂ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਦੀ ਮਦਦ ਕਰਦੇ ਹਨ ਅਤੇ ਜਿੱਤਣ ਤੋਂ ਬਾਅਦ ਫਿਰ ਉਹਨਾਂ ਉਮੀਦਵਾਰਾਂ ਤੋਂ ਆਪਣਾ ਕੰਮ ਕਰਾਉਂਦੇ ਹਨ ਤੁਸੀਂ ਬڑے ਬੇਟੇ ਸਾਡੇ ਕੋਲ ਬڑے ਦਬਾਅ ਸਮੂਹ ਹਿੱਤ ਸਮੂਹ ਜਿਹੇ ਹੁੰਦੇ ਹਨ ਜੋ ਕਿਸੇ ਨਾ ਕਿਸੇ ਦਲ ਨਾਲ ਜੁੜੇ ਹੁੰਦੇ ਹਨ ਤੁਸੀਂ ਆਮ ਤੌਰ ਦੇ ਉੱਤੇ ਘਰਾਂ ਵਿੱਚ ਵੀ ਸੁਣਦੇ ਹੋ ਜੇ ਤੁਹਾਡੇ ਪੇਰੈਂਟਸ ਜੌਬ ਕਰਦੇ ਹਨ ਤੁਸੀਂ ਸੁਣਦੇ ਹੋ ਕਿ ਜੇ ਕਾਂਗਰਸ ਸਰਕਾਰ ਆ ਜਾਏਗੀ ਫਿਰ ਤਾਂ ਅਸੀਂ ਕੰਮ ਕਰਾ ਲਾਂਗੇ ਜੇ ਅਕਾਲੀ ਸਰਕਾਰ ਆ ਜਾਏਗੀ ਫਿਰ ਅਸੀਂ ਕੰਮ ਕਰਵਾ ਲਾਂਗੇ ਜੇ ਸਾਡੀ ਗਵਰਨਮੈਂਟ ਆ ਗਈ ਤਾਂ ਅਸੀਂ ਕੰਮ ਕਰਾ ਲਾਂਗੇ ਕੀ ਮਤਲਬ ਕਿ ਜਿਹੜੇ ਉਮੀਦਵਾਰਾਂ ਦੇ ਨਾਲ ਉਹ ਜੁੜੇ ਹੁੰਦੇ ਹਨ ਉਹ ਸਾਰੇ ਉਮੀਦਵਾਰਾਂ ਦੀ ਚੋਣਾਂ ਵਿੱਚ ਮਦਦ ਕਰਨਾ ਅਤੇ ਜੇ ਉਮੀਦਵਾਰ ਜਿੱਤ ਜਾਂਦਾ ਹੈ ਤਾਂ ਬਾਅਦ ਵਿੱਚ ਉਸ ਉਮੀਦਵਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣੀਆਂ ਅਗਲੀ ਗੱਲ ਅੰਦੋਲਨ ਚ ਚਲਾਉਣੇ ਅੰਦੋਲਨ ਤੁਹਾਨੂੰ ਹੁਣ ਇਸ ਵੇਲੇ ਸਭ ਤੋਂ ਵੱਡੇ ਅੰਦੋਲਨ ਚੱਲ ਰਹੇ ਹਨ ਕਿਸਾਨਾਂ ਦੇ ਇਸ ਤੋਂ ਪਹਿਲਾਂ ਵੀ ਜਾਟ ਅੰਦੋਲਨ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਹਰਿਆਣਾ ਕਈ ਜਗ੍ਹਾ ਦੇ ਉੱਤੇ ਚੱਲਿਆ ਸੀ ਵਿਦਿਆਰਥੀ ਤੁਹਾਨੂੰ ਪਤਾ ਸਮੇਂ-ਸਮੇਂ ਤੇ ਅੰਦੋਲਨ ਚ ਲਾਉਂਦੇ ਨੇ ਭ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਚੱਲਦੇ ਨੇ ਰੇਪ ਦੇ ਖਿਲਾਫ ਜਦੋਂ ਸਾਡੇ ਦੇਸ਼ ਵਿੱਚ ਰੇਪ ਵਰਗੀ ਘਣਾਉਣੀ ਕੋਈ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਕਿੰਨੇ ਅੰਦੋਲਨ ਚੱਲਦੇ ਨੇ ਤੁਸੀਂ ਦੇਖੋ ਅਕਾਲੀ ਲਹਿਰ ਚੱਲੀ ਜੀ ਸਾਡੇ ਦੇਸ਼ ਦੀ ਆਜ਼ਾਦੀ ਵੀ ਕਦੋਂ ਮਿਲੀ ਜਦੋਂ ਅਸੀਂ ਅੰਦੋਲਨ ਕੀਤੇ ਅੰਦੋਲਨ ਹੜਤਾਲਾਂ ਤਰਨੇ ਦਿਖਾਵਾ ਪ੍ਰਦਰਸ਼ਨ ਮਰਨ ਵਰਤ ਰੱਖਣੇ ਠੀਕ ਹੈ ਹੋਰ ਚੱਕਾ ਜਾਮ ਕਰਨਾ ਵੱਡੇ ਵੱਡੇ ਕੰਮ ਕਰਨੇ ਇਹ ਸਾਰੇ ਇਹਨਾਂ ਦੇ ਕਾਰਜ ਨੇ ਕਦੇ ਲਈ ਸਿਰਫ ਆਪਣੀਆਂ ਮੰਗਾ ਮਨਾਉਣ ਦੇ ਲਈ ਅਦਾਲਤਾਂ ਰਾਹੀਂ ਮੰਗਾ ਮਨਾਉਣ ਦੇ ਲਈ ਦਬਾਅ ਸਮੂਹ ਕੰਮ ਕਰਦੇ ਹਨ ਹਾਂ ਜੇ ਸਰਕਾਰ ਦੇ ਨਾਲ ਜਦੋਂ ਪੰਗਾ ਹੈ ਮੰਨ ਲਓ ਸਰਕਾਰ ਜੇ ਤੁਹਾਡੀ ਮੰਗ ਨਹੀਂ ਮੰਨ ਰਹੀ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਅਦਾਲਤ ਦੀ ਸ਼ਰਨ ਵੀ ਲੈ ਸਕਦੇ ਹਨ ਵੱਡੇ ਵੱਡੇ ਹਿੱਤ ਸਮੂਹ ਦਬਾਅ ਸਮੂਹ ਕੀ ਕਰਦੇ ਹਨ ਵਕੀਲ ਕਰਦੇ ਹਨ ਵਕੀਲ ਕਰਕੇ ਉਹ ਵਕੀਲ ਅਦਾਲਤਾਂ ਦੇ ਵਿੱਚ ਕੇਸ ਲੜਦੇ ਹਨ ਅਤੇ ਜੇ ਅਦਾਲਤ ਨੂੰ ਸਹੀ ਲੱਗੇ ਤਾਂ ਅਦਾਲਤ ਉਹਨਾਂ ਦੀਆਂ ਮੰਗਾਂ ਮੰਨਦੀ ਹੈ ਅਤੇ ਸਰਕਾਰ ਨੂੰ ਫਿਰ ਅਦਾਲਤ ਨਿਰਣਾ ਦਿੰਦੀ ਹੈ ਨਿਰਦੇਸ਼ ਦਿੰਦੀ ਹੈ ਕਿ ਤੁਸੀਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅੱਗੇ ਹੈ ਸੁਧਾਰ ਕਾਰੀ ਕਾਰਜ ਕਿ ਜਿਹੜੇ ਹਿੱਤ ਸਮੂਹ ਅਤੇ ਦਬਾਅ ਸਮੂਹ ਇਹਨੇ ਜੀਉ ਉਦੇਸ਼ਤਵਾਦ ਸਮੂਹ ਨੇ ਦਹੇਜ ਦੇ ਖਿਲਾਫ ਬਣੇ ਨੇ ਨਸ਼ਾ ਰੋਕ ਦੇ ਖਿਲਾਫ ਬਣੇ ਨੇ ਜਾਂ ਹੜਾਂ ਦੇ ਲਈ ਬਣ ਗਏ ਕਰੋਨਾ ਮਹਾਮਾਰੀ ਚ ਬਚਾਅ ਲਈ ਬਣ ਗਏ ਤਾਂ ਇਹ ਸੁਧਾਰਕਾਰੀ ਕਾਰਜ ਵੀ ਕਰਦੇ ਹਨ ਅੱਗੇ ਆ ਗਿਆ ਕਾਨੂੰਨ ਬਣਾਉਣ ਵਾਲਿਆਂ ਤੇ ਦਬਾਅ ਇਹ ਕਾਨੂੰਨ ਬਣਾਉਣ ਵਾਲਿਆਂ ਦੇ ਉੱਤੇ ਵੀ ਕੀ ਕਰਦੇ ਹਨ ਦਬਾਅ ਪਾ ਕੇ ਰੱਖਦੇ ਹਨ ਸੋ ਮੈਨੂੰ ਲੱਗਦਾ ਹੈ ਕਿ ਇਹ ਟੌਪਿਕ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਗਿਆ ਹੋਵੇਗਾ ਬੇਟੇ ਬਹੁਤ ਹੀ ਸਖਾ ਟੌਪਿਕ ਹੈ ਹਿਤ ਸਮੂਹ ਅਤੇ ਦਬਾਅ ਸਮੂਹ ਬਸ ਜਿਹੜਾ ਇਹ ਇਹਨਾਂ ਦੇ ਮੇਨ ਕੰਮ ਨੇ ਹਿੱਤ ਸਮੂਹ ਅਤੇ ਦਬਾਅ ਸਮੂਹਾਂ ਦੇ ਕਾਰਜ ਹੈ ਮੈਂ ਚਾਹਨੀ ਹੈ ਕਿ ਇਹ ਤੁਸੀਂ ਬੜੇ ਚੰਗੀ ਤਰ੍ਹਾਂ ਇਹ ਕਿਨਾ ਕਰ ਲੋ ਇਸ ਤੋਂ ਇਲਾਵਾ ਇੱਕ ਤੁਹਾਡਾ ਕਾਰਜ ਆ ਜਾਂਦਾ ਹੈ ਲੋਬਿੰਗ ਦਾ ਕਿ ਇਹ ਸੰਸਦ ਦੀਆਂ ਸਮਿਤੀਆਂ ਦੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਕੰਮ ਕਰਵਾ ਸਕਦੇ ਹਨ ਸੋ ਮੈਂ ਉਮੀਦ ਕਰਦੀ ਹਾਂ ਕਿ ਲੈਸਨ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੋਗੇ ਇੱਕ 파ਟ ਰਹਿ ਗਿਆ ਉਹ ਵੀ ਤੁਹਾਡੇ ਕੋਲ ਜਰੂਰ ਪਹੁੰਚ ਜਾਏਗਾ ਉਹਦੇ ਵਿੱਚ ਅਸੀਂ ਕਾਰਜ ਵਿਧੀ ਦੇ ਟਾਂ ਕਰਾਂਗੇ ਦਬਾਅ ਸਮੂਹਾਂ ਦੇ ਗੁਣ ਅਤੇ ਦੋਸ਼ਾਂ ਦੀ ਗੱਲ ਕਰਾਂਗੇ ਸੋ ਉਮੀਦ ਹੈ ਦੇ ਨਾਲ ਕਿ ਤੁਸੀਂ ਵਧੀਆ ਮਾਰਕਸ ਲਾਓਗੇ ਤੇ ਵਧੀਆ ਤਰੀਕੇ ਨਾਲ ਪੜ੍ਹੋਗੇ ਕਿਸੇ ਵੀ ਗਲਤੀ ਦੇ ਲਈ ਬੱਚੇ ਮੈਂ ਮਾਫੀ ਚਾਹੁੰਦੀ ਹਾਂ ਬਹੁਤ ਬਹੁਤ ਪਿਆਰ ਭਰੀ ਸਸ਼ੀ ਅਕਾਲ ਥੈਂਕ ਯੂ